welcom to biology class so today i am going to discuss about the third class avs so student avs ki hunde ne world means sare hi jehde panchhi ne oh class avs de under aunde ne ਫੈਦਰ ਪ੍ਰੈਸੈਂਟ ਹੁੰਦੇ ਨੇ ਸਾਰੇ ਏਵਿਜ਼ ਦੇ ਵਿੱਚ ਦੈਨ ਉਹਨਾਂ ਦੇ ਵਿੱਚ ਫਲਾਈਟ ਕਰਨ ਦੀ ਕੈਪੇਬਿਲਿਟੀ ਹੁੰਦੀ ਆ ਸੋ ਸਟੂਡੈਂਟਸ ਅਸੀਂ ਕੈਰੈਕਟਰਸ ਦੇਖਦੇ ਹਾਂ ਫਸਟ ਆਫ ਆਲ ਬੋਡੀ ਸ਼ੇਪ ਕੀ ਹੋਏਗੀ ਬੋਟ ਸ਼ੇਪ ਹੋਏਗੀ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਰੇ ਹੀ ਪੰਛੀ ਨੇ ਜਿਹੜੇ ਉਹ ਬੋਟ ਸ਼ੇਪ ਹੁੰਦੇ ਨੇ ਟੂ ਰਿਡਿਊਸ ਰੈਜ਼ਿਸਟੈਂਸ ਇਨ 에ਅਰ ਡੂਰਿੰਗ ਫਲਾਈਟ ਬੋਡੀ ਇਸ ਡਿਵਾਈਡਡ ਇਨਟੂ 4 ਪਾਰਟਸ ਹੈਡ ਦ ਨੈਕ ਟਰੰਕ ਐਂਡ ਟੇਲ ਸਟੂਡੈਂਟ ਬੋਡੀ ਜਿਹੜੀ ਹੈਗੀ ਬੋਟ ਸ਼ੇਪ ਹੋਏਗੀ ਜਦੋਂ ਫਲਾਈਟ ਕਰਦੇ ਨੇ ਤਾਂ ਕਿ ਰੈਜ਼ਿਸਟੈਂਸ ਘੱਟ ਲੱਗ ਸਕੇ 에ਅਰ ਦੀ ਮਤਲਬ ਜਦੋਂ ਹਵਾ ਦੇ ਵਿੱਚ ਫਲਾਈਟ ਉਹਨਾਂ ਨੇ ਭਰਨੀ ਆ then ਉਹਦੇ ਰੈਜ਼ਿਸਟੈਂਸ ਨੂੰ ਰਿਡਿਊਸ ਕਰਨ ਦੇ ਲਈ ਉਸ ਤਰੀਕੇ ਨਾਲ ਉਹਨਾਂ ਦੀ ਬੋਡੀ ਜਿਹੜੀ ਹੋਏਗੀ ਬੋਟ ਸ਼ੇਪ ਹੋਏਗੀ ਫੋਰਡ ਪਾਰਟਸ ਵਿੱਚ ਡਿਵਾਈਡ ਹੋਏਗਾ ਹੈੱਡ ਹੋਏਗਾ then neck ਲੌਂਗ ਸਾਈਜ਼ਡ ਹੋਏਗੀ ਐਂਡ ਟਰੰਕ ਹੋਏਗਾ ਟਰੰਕ ਤੋਂ ਬਾਅਦ ਟੇਲ ਹੋਏਗੀ ਜੋ ਕਿ ਬਹੁਤ ਛੋਟੀ ਹੁੰਦੀ ਹੈ ਰਿਡਿਊਸ ਹੋਈ ਹੋਏਗੀ ਅਦਰਸ ਬਾਈਪੈਡਸ ਹੋਣਗੇ ਮਤਲਬ ਦੋ ਆਪਾਂ ਨੂੰ ਪਤਾ ਵਾ ਉਹਨਾਂ ਦੇ ਦੋ ਖੰਭ ਹੁੰਦੇ ਨੇ ਦੋ ਫੀਦਰ ਬਾਈਪੈਡਸ ਹੋਣਗੇ ਡੀਅਰ ਸਟੂਡੈਂਟਸ ਥੀਸ ਹੈਵ ਟੂ ਪੇਅਰਸ ਆਫ ਪੈਂਟਾਡੈਕਟਾਈਲ ਲੀਮਸ ਐਂਡ ਟੂ ਪੇਅਰਸ ਆਫ ਪੈਂਟਾਡੈਕਟਾਈਲ ਦੋ ਪੈਰ ਹੋਣਗੇ ਜਿਨ੍ਹਾਂ ਦੇ ਵਿੱਚ ਪੰਜ ਡਿਜਿਟਸ ਹੋਣਗੇ ਤਾਂ ਹੀ ਅਸੀਂ ਉਹਨਾਂ ਨੂੰ ਕੀ ਬੋਲਦੇ ਹਾਂ ਪੈਂਟਾਡੈਕਟਾਈਲ ਲੀਮਸ ਬੋਲਦੇ ਹਾਂ ਫੋਰ ਫੋਰ ਲੀਮਸ ਆਰ ਮੋਡੀਫਾਈਡ ਇਨਟੂ ਵਿੰਗਸ ਜਿਹੜੇ ਅਗਲੇ 4 ਅਗਲੇ ਲੀਮਸ ਨੇ ਉਹ ਮੋਡੀਫਾਈ ਹੋਏ ਹੋਣਗੇ ਇਨਟੂ ਵਿੰਗਸ ਵਿੰਗ ਦੇ ਵਿੱਚ ਫਿੰਗਰਸ ਆਰ 3 ਇਨ ਨੰਬਰ ਬਟ ਵਿਦਾਊਟ ਕਲਾਜ਼ ਜਿਹੜੀਆਂ ਕੀ ਨੇ ਫਿੰਗਰਸ ਨੇ ਅਸੀਂ ਉਹਨਾਂ ਦੇ ਪੌਂਚੇ ਦੇਖਦੇ ਹਾਂ ਉਹਨਾਂ ਦੇ ਵਿੱਚ ਕੀ ਹੋਣਗੇ ਕਲਾਜ਼ ਲੱਗੇ ਹੋਣਗੇ ਹਾਈਨ ਲੀਮਸ ਆਰ ਮੋਡੀਫਾਈਡ ਇਨਟੂ 4 ਪਰਚਿੰਗ অর ਵਾਕਿੰਗ অর ਸਵਿਮਿੰਗ অর ਰਨਿੰਗ ਜਿਹੜੇ ਹਾਈਨ ਲੇਮਸ ਨੇ ਪਿਛਲੇ ਪੈਰ ਨੇ ਉਹਨਾਂ ਦੇ ਉਹ ਮੋਡੀਫਾਈ ਹੋਣਗੇ ਮਤਲਬ ਕਿ ਕਿਸੇ ਚੀਜ਼ ਨੂੰ ਪਕੜਨ ਦੇ ਲਈ ਵਾਕਿੰਗ ਦੇ ਲਈ ਸਵਿਮਿੰਗ ਦੇ ਲਈ ਜਾਂ ਰਨਿੰਗ ਦੇ ਲਈ ਟੋਜ਼ ਆਰ 4 ਇਨ ਨੰਬਰ ਚਾਰ ਜਿਹੜੀਆਂ ਹੋਣਗੀਆਂ ਉਹਨਾਂ ਦੀਆਂ ਟੋਜ਼ ਪ੍ਰੈਜ਼ੈਂਟ ਹੋਣਗੀਆਂ ਸੋ ਸਟੂਡੈਂਟ ਨੈਕਸਟ ਵਨ ਇਜ਼ ਦਾ ਐਕਸ ਐਂਡੋਸਕਲਟਨ ਐਂਡੋਸਕਲਟਨ ਦੀ ਗੱਲ ਕਰੀਏ ਤਾਂ ਮੇਨਲੀ ਫਾਰਮਟ ਆਫ ਬੋਨਸ ਬੋਨਸ ਪ੍ਰੈਜ਼ੈਂਟ ਹੋਣਗੀਆਂ ਬਾਡੀ ਦੇ ਵਿੱਚ ਨੈਕਸਟ ਮਾਉਥ ਦੀ ਗੱਲ ਕਰੀਏ ਤਾਂ ਜਿਹੜਾ ਮਾਉਥ ਹੈ ਉਹ ਆਲਵੇਜ਼ ਬਾਉਂਡਡਡ ਬਾਈ ਬੀਕ ਮਤਲਬ ਕਿ ਚੁੰਝ ਲੱਗੀ ਹੋਏਗੀ ਮਾਉਥ ਦੇ ਅੱਗੇ ਕਵਰਡ ਬਾਈ ਹਾਰਨੀ ਸ਼ੀਟ ਜਿਹੜੀ ਉਹਨਾਂ ਦੀ ਮਤਲਬ ਕਿ ਬੀਕ ਹੋਏਗੀ ਚੁੰਝ ਹੋਏਗੀ ਉਹ ਹਾਰਨੀ ਸ਼ੀਟ ਦੁਆਰਾ ਕਵਰਡ ਹੋਈ ਹੋਏਗੀ ਦੈਨ 버ਡ ਸ਼ੋ ਓਨਲੀ ਪਲਮਨਰੀ ਰੈਸਪੀਰੇਸ਼ਨ ਹਾਂ ਜੀ ਸਟੂਡੈਂਟ ਪਲਮਨਰੀ ਰੈਸਪੀਰੇਸ਼ਨ ਦਾ ਕੀ ਮਤਲਬ ਹੈ ਜਿਹੜੀ ਰੈਸਪੀਰੇਸ਼ਨ ਹੋਏਗੀ ਵਿਦ ਦਾ ਹੈਲਪ ਆਫ ਲੰਗਸ ਹੋਏਗੀ lungs have ear sacs with the help of double respiration and also act as internal cooling agent mere students inna kole ear sac present hunde ne jidi help de naal oh double respiration karde ne te unna de andar li body da jehda temperature aa usnu cool karan de li helpful ne asle unna nu internal cooling agent bolya janda va then heart di gal kariye heart is properly sorry proportionality large size hoega ਇਟ ਇਜ਼ ਫੋਰ ਚੈਂਬਰਡ ਹਾਂਜੀ ਸਟੂਡੈਂਟ ਚਾਰ ਚੈਂਬਰਡ ਵਾਲਾ ਹਾਰਟ ਪ੍ਰੈਜ਼ੈਂਟ ਹੋਏਗਾ ਇਹ ਵੀਜ਼ ਦੇ ਵਿੱਚ ਬ੍ਰੇਨ ਹੈਜ਼ 12 ਪੇਅਰਸ ਆਫ ਕ੍ਰੀਨੀਅਲ ਨਰਵਸ ਬ੍ਰੇਨ ਦੇ ਕੋਲ 12 ਜਿਹੜੇ ਹੈਗੇ ਨੇ ਜੋੜੇ ਹੋਣਗੇ ਕ੍ਰੀਨੀਅਲ ਨਰਵਸ ਦੇ ਇੰਟਰਨਲ ਈਅਰ ਹੈਜ਼ ਕੋਕੀਲਾ ਬਟ ਇਜ਼ ਨਾਟ ਕੁਆਇਲਡ ਹਾਂਜੀ ਸਟੂਡੈਂਟ ਜਿਹੜਾ ਅੰਦਰਲਾ ਕੰਨ ਹੋਏਗਾ ਉਸ ਕੋਲ ਹੀ ਕੋਕੀਲਾ ਤਾਂ ਪ੍ਰੈਜ਼ੈਂਟ ਹੋਏਗਾ ਬਟ ਉਹ ਕੁਆਇਲ ਨਹੀਂ ਹੋਇਆ ਹੋਏਗਾ there is a single ear ossicle isde kol bhi single ear ossicle present hoega that is the steps in middle ear eyes have double accommodation power matlab bahut zyada power hoegi inna kole dekhan de le एक्सक्रीटरी ऑर्गन्स ਜਿਹੜੇ ਹੋਣਗੇ ਉਹ ਮੈਟਾਨੇਫ੍ਰਿਕ ਕਿਡਨੀਜ਼ ਹੋਣਗੀਆਂ ਮੀਨਸ ਕਿਡਨੀਜ਼ ਦੇ ਦੁਆਰਾ ਜਿਹੜਾ ਹੋਏਗਾ ਐਕਸਕ੍ਰੀ ਐਕਸਕ੍ਰੀਸ਼ਨ ਹੋਏਗੀ ਥੀਜ਼ ਆਰ ਦਾ ਯੂਰੋਟੈਲਿਕ ਇਨ ਨੇਚਰ ਯੂਰੀ ਬਲੇਡਰ ਇਸ ਐਬਸੈਂਟ ਹੋਏਗਾ ਬੋਡੀ ਦੇ ਵਿੱਚ ਜਿਹੜੇ ਸੈਕਸਸ ਹੋਣਗੇ ਜੁਨੀ ਸੈਕਸ਼ੂਅਲ ਹੋਣਗੇ ਜਨਰਲੀ ਸ਼ੋਜ਼ ਦਾ ਸੈਕਸ਼ੂਅਲ ਡਿਮੋਰਫਿਜ਼ਮ ਇੰਟਰਨਲ ਜਿਹੜੀ ਫਰਟੀਲਾਈਜ਼ੇਸ਼ਨ ਹੋਏਗੀ ਇੰਟਰਨਲ ਹੋਏਗੀ ਬਾਈ क्लॉकियल अपोजिशन फीमेल ऑलविज ओवीपेरस ओवीपेरस का मतलब एगलेइंग मैम सॉरी एगलेइंग जोड़े एवीज़ होग लेग एंड यूनीसैक्शुअल मतलब बोधा सैक्स आर सैपरेट होटूडेंट नैक्सट इज द होम्योथर्मल एंड बर्म बलड ए बर्म ब्लड एनीमल्स होगी ठीक है स्टूडेंट नाइन थाउजेंड लिविंग स्पीशिज़ ने वर्डस दियां इन्होंने एग्जैम्पल्स कर सकते हो लाइक कॉरबस दैट इज द क्रो ਕੋਲੰਬਾ ਦੈਟ ਇਜ਼ ਅ ਪਿਜਨ ਪਿਜਨ ਉਸ ਤੋਂ ਬਾਅਦ ਆ ਜਾਂਦਾ ਸਾਡੇ ਕੋਲੇ ਪੈਸਟਿਕੂਲਾ ਦੈਟ ਇਜ਼ ਅ ਪੈਰਟ ਤੁਸੀਂ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਉਹਨਾਂ ਦੇ ਵਿੱਚੋਂ ਤੁਸੀਂ ਚਾਰ ਐਗਜ਼ਾਮਪਲਸ ਨੂੰ ਯਾਦ ਕਰ ਸਕਦੇ ਹੋ ਸੋ ਸਟੂਡੈਂਟਸ ਤੁਸੀਂ ਅੱਗੇ ਡਾਇਗਰਾਮ ਦੇਖ ਸਕਦੇ ਹੋ ਸਾਡੇ ਕੋਲੇ ਮਤਲਬ ਕਿ ਪਿਜਨ ਦੀ ਡਾਇਗਰਾਮ ਹੈ ਦੈਨ ਸਾਡੇ ਕੋਲੇ ਹੈ ਆਸਟ੍ਰਿਚ ਨੈਕਸਟ ਵਨ ਇਜ਼ ਦਾ ਕਲਾਸ ਮੈਮਿਲੀਆ ਹਾਂਜੀ ਸਰ ਜੀ ਇਹਦੇ ਵਿੱਚ ਮੈਮੇ ਪ੍ਰੈਜ਼ੈਂਟ ਹੁੰਦੇ ਨੇ ਮਿਲਕ ਗਲੈਂਡਸ ਪ੍ਰੈਜ਼ੈਂਟ ਹੁੰਦੀਆਂ ਬਾਡੀ ਦੇ ਵਿੱਚ ਜਿਸ ਤੇ ਦਾ ਨਾਮ ਬਣਿਆ ਮੈਮੇਲੀਆ ਦੈਨ ਕੈਰੈਕਟਰਸ ਦੇਖਦੇ ਆ ਫਰਸਟ ਆਫ ਆਲ ਐਕਸੋਸਕਲਟਨ ਦੇ ਆਰ ਹੈਰੀ ਐਂਡ ਕੁਆਡਰੋਪੈਡਸ ਮੀਨਸ ਹੈਰੀ ਹੋਏਗਾ ਤੇ ਚਾਰ ਜਿਹੜੇ ਹੋਣਗੇ ਇਹਨਾਂ ਦੀਆਂ ਅਪੈਂਡੇਸਸ ਹੋਣਗੀਆਂ ਦੀਜ਼ ਹੈਵ ਟੂ ਪੇਅਰਸ ਆਫ ਪੈਂਟਾਡੈਕਟਾਈਲ ਲੈਂਸ ਤੇ ਦੋ ਪੇਅਰਸ ਹੋਣਗੇ ਇਹਨਾਂ ਦੇ ਵਿੱਚ ਪੈਂਟਾਡੈਕਟਾਈਲ ਲੈਂਸ ਦੇ pentadactyl five digits wala digits have nails or claws or hoops digits ikul in nine ho sakde ne nondera ho sakdiyan ne te khar ho sakde ne skin di gal kariye ta skin ki hoyegi glandular hoyegi body de vich glands present hon giyan jehdiyan do types diyan hundiyan ne pehliyan hai giyan ne oil glands and second one is the sweat glands haan ji student suspicious jehdiyan glands ne oh oil glands hundiyan ne ਦੈਨ ਸੌਡਰੀ ਫੀਰਸ ਜਿਹੜੀਆਂ ਹੁੰਦੀਆਂ ਨੇ ਉਹ ਸਵਿਟ ਗਲੈਂਡਸ ਐਂਡੋਸਕਲਟਨ ਹੋਏਗਾ ਇਸ ਮੇਨਲੀ ਬੋਨੀ ਬੋਨਸ ਪ੍ਰੈਜ਼ੈਂਟ ਹੋਣਗੀਆਂ ਬਾਡੀ ਦੇ ਵਿੱਚ ਸਿਲੋਮ ਡਿਵਾਈਡਡ ਇਨਟੂ ਐਂਟੀਰੀਅਰ ਥੋਰੈਕਿਕ ਕੈਵਿਟੀ ਐਂਡ ਪੋਸਟੀਰੀਅਰ ਅਬਡੋਮਿਨਲ ਕੈਵਿਟੀ ਬਾਈ ਡਾਇਆਫ੍ਰੇਮ ਹਾਂਜੀ ਸਟੂਡੈਂਟ ਸਿਲੋਮ ਜਿਹੜੀ ਹੋਈ ਹੋਏਗੀ ਡਿਵਾਈਡ ਹੋਈ ਹੋਏਗੀ ਇਨਟੂ ਐਂਟੀਰੀਅਰ ਥੋਰੈਕਿਕ ਕੈਵਿਟੀ ਪੋਸਟੀਰੀਅਰ ਕੀ ਹੋਏਗਾ ਅਬਡੋਮਨਲ ਕੈਵਿਟੀ ਹੋਏਗੀ ਦੋ ਕੈਵਿਟੀਜ਼ ਨੇ ਥੋਰੈਕਿਕ ਕੈਵਿਟੀ ਥੋਰੈਕਸ ਵਾਲੀ ਮੀਨਸ ਜਿੱਥੇ ਜਿਹੜੇ ਹੈਗੇ ਨੇ ਲੰਸ ਵਗੈਰਾ ਪ੍ਰੈਜ਼ੈਂਟ ਹੋਣਗੇ ਪੋਸਟੀਰੀਅਰ ਕੈਵਿਟੀ ਅਬਡੋਮਨਲ ਕੈਵਿਟੀ ਹੋਏਗੀ ਦੈਨ ਬਾਏ ਡਾਇਆਫ੍ਰਮ ਮੀਨਸ ਇਹ ਦੋਨੇ ਜਿਹੜੀਆਂ ਕੈਵਿਟੀਜ਼ ਨੇ ਆਪਸ ਵਿੱਚ ਡਿਵਾਈਡ ਹੋਈਆਂ ਹੋਣੀਆਂ ਬਾਏ ਡਾਇਆਫ੍ਰਮ ਹਾਂਜੀ ਸਟੂਡੈਂਟ ਦੈਟ ਇਜ਼ ਦਾ ਐਕਸਟ੍ਰੀਮ ਕੈਰੈਕਟਰ ਹੈ ਜੋ ਮੈਮਰਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਵਾ ਮਾਉਥ ਇਜ਼ ਬਾਉਂਡਰਡ ਬਾਏ ਟੂ ਮੂਵੇਬਲ ਲਿਪਸ ਟੀਥ ਐਂਡ ਹੈਟਰੋਡੋਂਟ ਹਾਂਜੀ ਸਟੂਡੈਂਟ ਮੂਵੇਬਲ ਲਿਪਸ ਪ੍ਰੈਜ਼ੈਂਟ ਹੋਣਗੇ ਬਾਡੀ ਦੇ ਵਿੱਚ ਦੈਨ ਟੀਥ ਹੋਣਗੇ ਟੀਥ ਹੈਟਰੋਡੋਂਟ ਹੋਣਗੇ ਮੀਨਸ ਡਿਫਰੈਂਟ ਟਾਈਪਸ ਦੇ ਹੋਣਗੇ ਕਲੀਅਰ ਸਟੂਡੈਂਟਸ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਟੀਥ ਪ੍ਰੈਜ਼ੈਂਟ ਹੋਣਗੇ ਗਟ ਓਪਨਸ ਆਊਟ ਬਾਈ ਇਨਸ ਮਤਲਬ ਕਿ ਜਿਹੜੀ ਹੋਏਗੀ ਓਪਨਿੰਗ ਹੋਏਗੀ ਉਹ ਇਨਸ ਦੁਆਰਾ ਹੋਏਗੀ ਦੈਨ ਪਲਮਨਰੀ ਰੈਸਪੀਰੇਸ਼ਨ ਹੋਏਗੀ ਮੀਨਸ ਲੰਗਸ ਦੁਆਰਾ दैन हार्ट इज फोर चैम्बर्ड होएगा रेड ब्लड सैल्स प्रेजेंट होनकेव एंडी न्यूकलीएटड एक्सैप्ट कैमल एंड लैम्बा मीनस वाई कनकेव एंडी न्यूकलीएटड विदाउट न्यूकलीअस कैमल तो लैम्बा के न्यूकलीएटड हो कि ब्लड रैड ब्लड सैल्स ने बॉडी के ब्रेन ट्वेल्व पेयरस ऑफ क्रेनियन नर्वस होारह पेयरस हो गए क्रेनीयल नर्व्ज़ के जो कि ब्रेन के प्रेजेंट होंगे ने इंटरनल ईयर has coiled cochlea with hearing apparatus call it the organ of corti, Middle ear has three ear ossicles, tapes, incus, and malus. And external ear has arsopina, Internal nares ne open into pharynx, in the pharynx. ਹਾਂਜੀ ਸਟੂਡੈਂਟ ਜਿਹੜੇ ਇੰਟਰਨਲ ਇਅਰ ਨੇ ਅੰਦਰਲਾ ਕੰਨ ਹੈ ਉਸ ਦੇ ਕੋਲ ਕੋਇਲਟ ਕੀ ਹੋਏਗਾ ਕੋਕੀਲਾ ਹੋਏਗਾ ਹਾਂਜੀ ਸਟੂਡੈਂਟ ਜਦੋਂ ਅਸੀਂ ਮਤਲਬ ਕਿ ਇਅਰ ਦੀ ਡਾਇਗਰਾਮ ਲਾਸਟ 10th ਦੇ ਵਿੱਚ ਵੀ ਕਰਕੇ ਆਏ ਆ ਸੋ ਸਟੂਡੈਂਟ ਤੁਹਾਨੂੰ ਪਤਾ ਹੋਣਾ ਚਾਹੀਦਾ ਕੋਕੀਲਾ ਕਿੱਥੇ ਪ੍ਰੈਜ਼ెంట్ ਹੁੰਦਾ ਵਾ ਦੈਨ ਔਰ ਉਸ ਦੇ ਕੋਲ ਕੀ ਹੋਏਗਾ ਸੁਣਨ ਵਾਲਾ ਜਿਹੜਾ ਆਰਗਨ ਹੋਏਗਾ ਆਰਗਨ ਆਫ ਕੋਰਟਾਈ ਜਿਹੜਾ ਹੋਏਗਾ ਈਅਰ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਤੇ ਤਿੰਨ ਜਿਹੜੀਆਂ ਬੋਨਸ ਪ੍ਰੈਜ਼ੈਂਟ ਹੁੰਦੀਆਂ ਨੇ ਜਿਸ ਨੂੰ ਈਅਰ ਆਸਿਕਲਸ ਬੋਲਦੇ ਲਾਈਕ ਸਟੇਪਸ ਇਨਕਸ ਤੇ ਮੈਲਸ ਇਸ ਨੂੰ ਯਾਦ ਰੱਖਣ ਦੇ ਲਈ ਐਸ ਆਈ ਐਮ ਮਤਲਬ ਸਿਮ ਸਿਮ ਵੀ ਯੂਜ਼ ਕਰ ਸਕਦੇ ਹਾਂ ਅਸੀਂ ਐਜ਼ ਅ ਐਬਰੀਵੇਸ਼ਨ ਸਿਮ ਮੀਨਸ ਐਸ ਫਾਰ ਸਟੇਪਸ ਇਨਕਸ ਐਂਡ ਮੈਲਸ ਐਂਟੀ ਐਕਸਟਰਨਲ ਈਅਰਸ ਦੇ ਕੋਲ ਪਿੰਨਾ ਪ੍ਰੈਜ਼ੈਂਟ ਹੋਏਗਾ ਜਿਸ ਦੇ ਵਿੱਚ ਅਸੀਂ ਮਤਲਬ ਕਿ ਬੋਰਿੰਗ ਕਰਦੇ ਹਾਂ ਫੋਰ ਟੌਪਸ ਵਗੈਰਾ ਜਾਂ ਕੋਈ ਵੀ ਅਸੀਂ ਕੰਨ ਦੇ ਵਿੱਚ ਬਾਲੀ ਵਗੈਰਾ ਪਾਉਣ ਦੇ ਲਈ ਯੂਜ਼ ਕਰਦੇ ਹਾਂ ਦੈਟ ਇਜ਼ ਅ ਪਿੰਨਾ ਦੈਨ ਐਕਸ ਇੰਟਰਨਲ ਨੇਰੀਜ਼ ਜਿਹੜੀਆਂ ਹੈਗੀਆਂ ਨੇ ਅੰਦਰਲੇ ਨੱਕ ਵਾਲੀਆਂ ਜਿਹੜੀਆਂ ਗਲੀਆਂ ਨੇ ਉਹ ਅੱਗੇ ਫੈਰਿੰਕਸ ਵਿੱਚ ਓਪਨ ਹੁੰਦੀਆਂ ਨੇ ਕਿਡਨੀਜ਼ ਹੈ ਆਰ ਵੀਨ ਸ਼ੇਪਡ ਐਕਸਕ੍ਰੀਸ਼ਨ ਇਜ਼ ਜੂਰੋਟੈਲਿਕ ਹਾਂਜੀ ਸਟੂਡੈਂਟ ਕਿਡਨੀਜ਼ ਜਿਹੜੀਆਂ ਹੈਗੀਆਂ ਨੇ ਬੀਨ ਸ਼ੇਪ ਹੋਣਗੀਆਂ ਤੇ ਐਕਸਕ੍ਰੀਸ਼ਨ ਕੀ ਹੋਏਗੀ ਯੂਰੋਟੈਲਿਕ ਹੋਏਗੀ ਸੈਕਸ ਆਰ ਯੂਨੀਸੈਕਸ਼ੂਅਲ ਐਂਡ ਜਨਰਲੀ ਸ਼ੋ ਸੈਕਸ਼ੂਅਲ ਡਿਮੋਰਫਿਜ਼ਮ ਮਤਲਬ ਮੇਲ ਤੇ ਫੀਮੇਲ ਅਲੱਗ-ਅਲੱਗ ਹੋਣਗੇ ਐਂਡ ਅਸੀਂ ਗੱਲ ਕਰੀਏ ਤਾਂ ਬੋਡੀ ਟੈਂਪਰੇਚਰ ਜਿਹੜਾ ਹੋਮੋਥਰਮਲ ਹੋਏਗਾ ਇਹ ਬਰਮ ਬਲੱਡ ਐਨੀਮਲਸ ਨੇ ਸੋ ਹੈਵ ਹਾਈ ਮੈਟਾਬੋਲਿਕ ਰੇਟ ਇਹਨਾਂ ਦਾ ਮੈਟਾਬੋਲਿਕ ਰੇਟ ਇਹਦੇ ਵਿੱਚ ਜਿਹੜੀਆਂ ਟਾਹੂ ਸਾਰੂ ਕਿਰਿਆਵਾਂ ਨੇ ਬਹੁਤ ਜ਼ਿਆਦਾ ਰੇਟ ਦੇ ਨਾਲ ਫੋਰ ਐਗਜ਼ਾਮਪਲ ਗੱਲ ਕਰੀਏ ਡੀਅਰ ਲਾਇਨ ਟਾਈਗਰ ਐਟ ਸੈਕਟਰਾ ਦੈਨ ਬੈਟਸ ਹੋਗੇ ਜਿਹੜੇ ਏਰੀਅਲ ਨੇ ਬੈਟਸ ਹੋਗੀਆਂ ਠੀਕ ਆ ਐਕੁਆਟਿਕ 威ਲ ਹੋ ਗਈ ਸੀਲਸ ਹੋਗੀਆਂ ਬੋਰੋ ਦੇ ਵਿੱਚ ਰਹਿਣ ਵਾਲੇ ਰੈਬਿਟ ਤੇ ਰੋਡਾਂਟਸ ਹੋਗੇ ਇਹ ਸਾਰੇ ਕੀਆ ਮੈਮਲਸ ਦੀ ਕੈਟਾਗਰੀ ਦੇ ਅੰਡਰ ਆਉਂਦੇ ਨੇ ਸੋ ਇਹਨਾਂ ਦੀਆਂ ਐਗਜ਼ਾਮਪਲਸ ਨੇ ਸੋ ਅੱਗੇ ਦੇਖਦੇ ਹਾਂ ਕਲਾਸ ਮੈਮਲੀਆ ਇਨਕਲੂਡਸ ਚਾਰ ਮਤਲਬ ਕਿ ਜਿਹੜੇ ਹੈਗੇ ਨੇ 1400 ਲਿਵਿੰਗ ਸਪੀਸੀਜ਼ ਪ੍ਰੈਜ਼ెంట్ ਨੇ ਕੀਅਰ ਸਟੂਡੈਂਟਸ ਹਾਂਜੀ ਸਟੂਡੈਂਟ ਅਸੀਂ ਅੱਗੇ ਇੰਪੋਰਟੈਂਟ ਗਰੁੱਪਸ ਦੇਖਦੇ ਹਾਂ ਕਲਾਸ ਮੈਂ ਮਿਲਿਆ ਦੀ ਐਂਗਲਿੰਗ ਮੈਮਰਸ ਪੌਚਰਡ ਮੈਮਰਸ ਐਂਡ ਟ੍ਰੂ ਮੈਮਰਸ ਹਾਂਜੀ ਸਟੂਡੈਂਟ ਇਹਦੇ ਵਿੱਚ ਕੀ ਆ ਜਾਂਦੇ ਨੇ ਨਾਮ ਕੀ ਨੇ ਇਹਨਾਂ ਦੇ ਪ੍ਰੋਟੋਥੀਰੀਅਨਸ ਐਂਡ ਮੈਟਾਥੀਰੀਅਨਸ ਐਂਡ ਯੂਥੀਰੀਅਨਸ ਇਹਨਾਂ ਦੇ ਨਾਮ ਹੀ ਤੁਸੀਂ ਯਾਦ ਕਰ ਸਕਦੇ ਹੋ ਸੋ ਇਸ ਦੇ ਨਾਲ ਹੀ ਸਾਡਾ ਚੈਪਟਰ ਜਿਹੜਾ ਹੈਗਾ ਕੰਪਲੀਟ ਹੋ ਜਾਂਦਾ ਸੋ ਸਟੂਡੈਂਟਸ ਤੁਸੀਂ ਇਹਨਾਂ ਜਿਹੜੀਆਂ ਚਾਰ ਕਲਾਸਸ ਨੇ ਇਹਨਾਂ ਦੇ 10 10 ਕਰੈਕਟਰ ਯਾਦ ਕਰੋਗੇ विद 4 4 एग्जांपल्स भी याद करोगे थैंक यू स्टूडेंट्स